ਮੇਰਾ ਨਾਮ ਦੀਪਕ ਹੈ ਜੀ। ਕੀ ਮਾਮਲਾ ਕੀ ਹੋਇਆ ਭਾਈ? ਸਾਰਾ ਮਾਮਲਾ ਉਹ ਰਿਕਸ਼ਾ ਜਿਹੜਾ ਖੜਾ ਸੀਗਾ। ਹਾਂਜੀ, ਰਿਕਸ਼ਾ ਖੜਾ ਸੀ ਸਾਡੇ ਅੱਗੇ, ਮਰੂਤੀ ਗੱਡੀ ਆ ਰਹੀ ਸੀ, ਉਹਨੇ ਇੱਕਦਮ ਇੱਧਰ ਟਰਨ ਕਰਤਾ। ਉਹ ਟਰਨ ਕਰਨ ਨਾਲ ਹਾਈਵੇ ਆ, ਹਾਈਵੇ ਤੁਹਾਨੂੰ ਪਤਾ 70-80 ਸਪੀਡ 'ਤੇ ਹੁੰਦੀ ਹੁੰਦੀ ਨੋਰਮਲ। ਉਹ ਟਰਨ ਕਰਨ ਨਾਲ ਸਾਡੀ ਗੱਡੀ ਉਹਦੇ 'ਚ ਵੱਜ ਗਈ ਆ। ਉਲਟਾ ਉਹ ਸਾਨੂੰ ਕਹਿ ਰਿਹਾ ਕਿ ਨਹੀਂ ਜੀ ਸਾਡੀ ਗਲਤੀ ਨਹੀਂ ਹੈਗੀ, ਅਸੀਂ ਉਸ ਬੰਦੇ ਨੂੰ ਬਚਾਇਆ ਜੀ। ਅਸੀਂ ਉਸ ਬੰਦੇ ਨੂੰ ਕਿਹਾ ਤੁਸੀਂ ਸਾਡੀ ਗੱਡੀ 'ਚ ਗੱਡੀ ਠੋਕੀ ਹੈ, ਇਹ ਤੁਸੀਂ ਦੱਸੋ ਵੀ ਅਸੀਂ ਪਿੱਛੋਂ ਆ ਰਹੀ ਹਾਂ 70-80 ਸਪੀਡ 'ਚ, ਇੱਕਦਮ ਬ੍ਰੇਕ ਕਿੱਦਾਂ ਲਾਊਗਾ ਬੰਦਾ? ਖੜੇ ਬੰਦੇ ਨੂੰ ਕਿੱਦਾਂ ਬਚਾ ਲੂਗਾ? ਖੜੇ ਬੰਦੇ ਨੂੰ ਕਿੱਦਾਂ ਬਚਾ ਲੂਗਾ? ਜੇ ਤੁਹਾਨੂੰ ਗੱਡੀ ਰਿਕਸ਼ਾ ਦੇ ਗਿਆ, ਤੁਸੀਂ ਆਪਣੀ ਗੱਡੀ ਰੋਕ ਸਕਦੇ ਸੀ ਕਿ ਨਹੀਂ ਰੋਕ ਸਕਦੇ ਸੀ? ਰੂਲ ਤੇ ਇਹੀ ਹੁੰਦਾ ਡਰਾਈਵਰ ਦਾ। ਅਤੇ ਦੂਜਾ, ਸਾਨੂੰ ਇਹਨਾਂ ਦਾ ਮੈਡੀਕਲ ਚਾਹੀਦਾ। ਕੀ ਲੱਗਦਾ ਤੁਹਾਨੂੰ ਉਹਨਾਂ ਦੇ? ਮੈਨੂੰ ਲੱਗਦਾ ਵੀ ਕੁਛ ਨਸ਼ਾ ਕੀਤਾ ਹੋਇਆ, ਕਹਿ ਕੇ ਪੁਲਿਸ ਵਾਲੇ ਆ। ਪਹਿਲਾਂ ਕਹਿ ਰਹੇ ਅਸੀਂ ਪੁਲਿਸ ਵਾਲੇ ਹਾਂ ਜੀ, ਪਹਿਲਾਂ ਉਲਟਾ ਕਹਿ ਰਹੇ ਸੀ, ਬਾਅਦ 'ਚ ਕਹਿੰਦੇ ਜੀ ਅਸੀਂ ਕਦੋਂ ਕਿਹਾ ਤੁਹਾਨੂੰ ਪੁਲਿਸ ਵਾਲੇ ਆ, ਠੀਕ ਹੈ, ਪਹਿਲਾਂ ਰੋਕ ਝਾੜ ਰਹੇ ਜੀ, ਅਤੇ ਬਾਅਦ 'ਚ ਠੰਡੇ ਹੋ ਗਏ ਆ, ਪਰ ਇਹਦਾ ਮੈਡੀਕਲ ਕਰਵਾਉਣਾ ਸੀ। ਮੈਡੀਕਲ ਕਰਵਾਉਣ ਤੋਂ ਬਾਅਦ ਹੀ ਇਹਦੀ ਗੱਡੀ ਜਾਏਗੀ। ਨੁਕਸਾਨ ਕਿੰਨਾ ਹੋ ਗਿਆ? ਨੁਕਸਾਨ ਭਾਅ ਜੀ ਇੱਕ ਸਾਡੀ ਗੱਡੀ, ਇੱਕ ਫੋਰਚੂਨਰ ਠੁੱਕੀ ਆ, ਦੋ ਇੱਕ ਉਹ ਗੱਡੀ ਖੜੀ ਆ, ਉੱਧਰ ਦੇਖੋ ਕੈਮਰਾ ਉੱਧਰ ਕਰੋ ਜਰਾ, ਹਾਂਜੀ, ਉਹ ਗੱਡੀ ਠੁੱਕੀ ਆ, ਉਹਦਾ ਜਿਹੜਾ ਡਰਾਈਵਰ ਸੀ ਉਹਦੀ ਛਾਤੀ ਵਿੱਚ ਲੱਗੀ ਆ, ਅਤੇ ਉਹਨੂੰ ਹੋਸਪਿਟਲ ਲੈ ਗਏ ਨੇ। ਉਹ ਪਤਾ ਨਹੀਂ ਹੁਣ ਕੀ ਉੱਥੋਂ ਰਿਜ਼ਲਟ ਆਉਂਦਾ ਕੀ ਨਹੀਂ, ਉਹ ਬਾਅਦ 'ਚ ਪਤਾ ਲੱਗੇਗਾ ਹਾਲੇ, ਅਤੇ ਪਹਿਲਾਂ ਇਹਨਾਂ ਦਾ ਇਹਦੇ 'ਤੇ ਕਾਰਵਾਈ ਕੀਤੀ ਜਾਏ। ਮੇਰਾ ਨਾਮ ਏਐਸਆਈ ਜਤਵਿੰਦਰ ਸਿੰਘ, ਐਸਐਸਐਫ ਫੋਰਸ ਦੇ ਵਿੱਚ ਮੈਂ ਇੱਥੇ ਸੜਕ ਸੁਰੱਖਿਆ ਫੋਰਸ ਗੱਡੀ ਦੇ ਵਿੱਚ ਬਤੌਰ ਇੰਚਾਰਜ ਹਾਂ। ਅੱਜ ਸਾਨੂੰ ਟੈਲੀਫੋਨ ਆਇਆ ਸੀ ਕੋਈ ਅਨਨੋਨ ਫੋਨ ਤੋਂ ਵੀ ਐਕਸੀਡੈਂਟ ਹੋਇਆ, ਅਸੀਂ ਉੱਥੇ ਮੌਕੇ 'ਤੇ ਪਹੁੰਚੇ ਹਾਂ, ਇੱਕ ਬੰਦੇ 'ਤੇ ਜ਼ਿਆਦਾ ਸੱਟ ਸੀ, ਉਹਨੂੰ ਅਸੀਂ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਅਤੇ ਸਿਵਲ ਹੋਸਪਿਟਲ ਫਲੋਰ ਲੈ ਗਏ ਹਾਂ, ਮੁਲਾਜ਼ਮ ਸਾਡੇ, ਅਤੇ ਬਾਕੀ ਗੱਡੀਆਂ ਰੂਲ ਕਲੀਅਰ ਕਰਾ ਰਹੇ ਹਾਂ, ਅਤੇ ਬਾਕੀ ਜਿਹੜੀ ਬਣਦੀ ਕਾਰਵਾਈ ਆਈ ਓ ਆ ਗਿਆ ਜਰਮਨ ਸਿੰਘ ਗ੍ਰਾਂ ਫਲੋਰ ਗ੍ਰਾਂ ਥਾਣੇ ਤੋਂ, ਅਤੇ ਉਹ ਕਾਰਵਾਈ ਕਰੇਗਾ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ APਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ APਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।